ਇਹਨਾਂ ਪੂਰਾ ਨੰਗਾ ਕੁੜੀ ਨੂੰ ਇੰਨਾ ਹੱਥ ਰੱਖ ਕੇ ਕੁੜੀ ਨੂੰ ਤੇ ਮੁੰਡੇ ਨੂੰ ਨੰਗਾ ਦਿਖਾਤਾ ਫਿਲਮ 'ਚ। ਬੌਬੀ ਦਿਓਲ ਜਿਹੜਾ ਆਹ ਆ, ਇਹਦੀਆਂ ਤੁਸੀਂ ਸੋਚੋ ਵੀ ਕਿੰਨੀਆਂ ਇਹਨਾਂ ਨੇ ਬਾਬਾ ਜੀ ਹੁਣ ਦੀ ਫਿਲਮ ਹਿੱਟ। ਸਾਡੇ ਗਾਤਰੇ ਪਾ ਕੇ ਬੰਦੇ, ਮੈਂ ਬੰਦਾ ਓਪਨ ਕਰ ਦੂੰਗਾ ਉਹਨੂੰ, ਗਾਤਰਾ ਪਾ ਕੇ ਬੰਦਾ ਹਮੇਸ਼ਾ ਇੰਨਾ ਫਿਰਦਾ ਹੈ। ਤੁਹਾਡੇ ਚੈਨਲ ਤੁਸੀਂ ਕੱਟ ਦੇਣੀ ਹੈ ਸ਼ਾਇਦ। ਨਹੀਂ ਪੌਰਨ ਨਹੀਂ ਫਿਲਮ ਹੈ ਇੱਕ ਤਰ੍ਹਾਂ, ਦੱਸੋ ਦੱਸੋ ਦੱਸੋ, ਤੁਸੀਂ ਖੁੱਲ ਕੇ ਦੱਸੋ। ਪੌਰਨ ਫਿਲਮ ਹੈ ਜੀ ਉਹ, ਗੰਦੀ ਗੰਦੀ ਫਿਲਮ ਪੰਜਾਬੀ ਚ ਕਹਿ ਲਈਏ। ਉਹ 'ਚ ਭਾਸ਼ਾ ਇੰਨੀ ਕੁ ਗੰਦੀ ਯੂਜ਼ ਕੀਤੀ ਗਈ। ਮੇਰੇ ਨਾਲ ਦੀ ਸੀਟ ਤੇ ਮੇਰੇ ਚੈਨਲ ਤੇ ਮੈਂ ਬੋਲਿਆ ਵੀ ਕੁੜੀ ਪਈ ਸੀ ਵਿਚਾਰੀ, ਭਾਈ ਨਾ ਆਈ ਸੀ, ਉਹ ਇੱਕ ਦੋ ਸੀਨ ਦੇਖ ਕੇ ਸੌਂ ਗਈ ਵਿਚਾਰੀ। ਨਾਗਰਾ ਭਾਜੀ ਆ, ਉਹਦਾ ਕੰਮ ਸਾਂਭਦੇ ਬੱਬੂ ਮਾਂ ਨਾਲ ਹੈ ਕੀ ਬੋਲ ਰਹੇ ਜੀ। ਜੇ ਝੂਠਾ ਹੋਵਾਂ ਫੇਕ ਹੋਵਾਂ ਤਾਂ ਆਹ ਗੱਲ ਨਾ ਕਰਾਂ। 10-10 ਮਿੰਟ ਗੋਲੀਆਂ ਚੱਲੀ ਜਾਂਦੀਆਂ, 7-7 ਮਿੰਟ ਮੁੱਕੇ ਹੀ ਮਾਰੀ ਜਾਂਦੇ ਆ। ਇਹ ਕੱਪੜੇ ਸ਼ਰਟ ਦੇਖ ਕੇ ਇਹਦਾ ਬਜਟ ਨਾ ਲਾਉਣ ਲੱਗ ਪਿਓ, ਇਹ ਮਹਿੰਗੀ ਸ਼ਰਟ ਹੈ, ਇਹ ਕਿਸੇ ਦੀ ਗਿਫਟ ਹੈ। ਮੈਂ ਬਹੁਤ ਸਸਤੇ ਕੱਪੜੇ ਪਾਉਂਦਾ ਜੀ, ਇਹ ਵੀ ਦੱਸ ਦਊਂ। ਇਹ ਇੱਥੇ ਆਏ ਹੋਏ ਨੇ, ਉਹ ਕੈਮਰਾਮੈਨ ਸਾਹਿਬ, ਇਹ ਅਰਦਾਸ 3 ਦੀ ਤਿਆਰੀ ਕਰ ਰਹੇ ਨੇ ਤੇ ਗੋਲੀਆਂ ਉੱਥੇ ਚੱਲੀਆਂ। ਭਾਜੀ ਕਿੰਨਿਆਂ ਦੂਜਿਆਂ ਐਕਟਰਾਂ ਨੂੰ ਸਿਕਿਉਰਿਟੀ ਮਿਲ ਗਈ ਆ ਬੜੀ, ਤੇ ਗਿੱਪੀ ਨੂੰ ਗੁੱਸਾ ਨਹੀਂ ਆਊਗਾ ਭਾਜੀ? ਸਤਿ ਸ੍ਰੀ ਅਕਾਲ ਜੀ, ਮੇਰੇ ਨਾਲ ਮੁੰਬਈ ਤੋਂ ਰਾਜਵੀਰ ਬਾਵਾ ਜੀ ਜੁੜੇ ਹੋਏ ਨੇ, ਜੋ ਕਿ ਮੁੰਬਈ ਦੇ ਵਿੱਚ ਐਕਟਿੰਗ ਤੇ ਫਿਲਮ ਜਿਹੜੀ ਸਕ੍ਰਿਪਟ ਰਾਈਟਰ ਵੀ ਨੇ ਬਹੁਤ ਵਧੀਆ। ਔਰ ਤੁਸੀਂ ਇਹਨਾਂ ਨੂੰ ਅਕਸਰ ਸਾਡੇ ਚੈਨਲ ਤੇ ਕਈ ਵਾਰ ਸੁਣਿਆ ਹੋਊਗਾ, ਜਿਹੜੇ ਪੰਜਾਬੀ ਫਿਲਮ ਇੰਡਸਟਰੀ ਜਾਂ ਮਿਊਜ਼ਿਕ ਇੰਡਸਟਰੀ ਦੇ ਵੱਡੇ ਵੱਡੇ ਨਾਮੀ ਕਲਾਕਾਰ ਨੇ, ਹਸਤੀਆਂ ਨੇ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਜਾਂ ਆਪਾਂ ਸਾਰੇ ਬੜੇ ਵਧੀਆ ਚੰਗੇ ਇਨਸਾਨ ਮੰਨਦੇ ਆ, ਉਹਨਾਂ ਨੂੰ ਹੀਰੋ ਰੋਲ ਮਾਡਲ ਮੰਨਦੇ ਆ, ਪਰ ਉਹਨਾਂ ਦੇ ਜਿਹੜੇ ਚੰਗੀ ਇਨਸਾਨੀਅਤ ਦਾ ਜਿਹੜਾ ਨਕਾਬ ਪਾ ਕੇ ਘੁੰਮਦੇ ਨੇ, ਉਹਨਾਂ ਨੂੰ ਰਾਜਵੀਰ ਬਾਵਾ ਨੇ ਪਿੱਛੇ ਜੇ ਬਾਖੂਬੀ ਨੰਗਾ ਕੀਤਾ ਤੇ ਲਗਾਤਾਰ ਕਰਦੇ ਰਹੇ ਨੇ, ਕਰ ਵੀ ਰਹੇ ਨੇ। ਔਰ ਇਹਨਾਂ ਦਾ ਇੱਕ ਆਪਣਾ ਚੈਨਲ ਵੀ ਹੈ, ਹੈਡ ਐਂਡ ਟੇਲਸ, ਤੁਸੀਂ ਉਹ ਵੀ ਦੇਖੋ, ਸਬਸਕ੍ਰਾਈਬ ਵੀ ਕਰੋ, ਕਿਉਂਕਿ ਉਹਦੇ ਵਿੱਚ ਬਹੁਤ ਵਧੀਆ ਵੱਡੇ ਵੱਡੇ ਖੁਲਾਸੇ ਕਰਦੇ ਨੇ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਗਿੱਪੀ ਗਰੇਵਾਲ ਦੇ ਘਰ ਦੇ ਉੱਪਰ ਹਮਲੇ ਦਾ ਰੌਲਾ ਪਿਆ, ਤਾਂ ਸ਼ਾਇਦ ਜਿੰਨੀ ਕੁ ਮੇਰੀ ਜਾਣਕਾਰੀ ਆ, ਜੇ ਮੈਂ ਗਲਤ ਨਾ ਹੋਵਾਂ, ਤਾਂ ਸਭ ਤੋਂ ਪਹਿਲੇ ਇਨਸਾਨ ਰਾਜਵੀਰ ਬਾਵਾ ਹੀ ਹੋਣਗੇ ਜਿਨ੍ਹਾਂ ਨੇ ਉਹ ਸਾਰੇ ਝੂਠ ਨੂੰ ਨੰਗਾ ਕੀਤਾ ਵੀ ਇਹ ਕਿਵੇਂ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਔਰ ਇੰਡੀਆ ਦੇ ਵਿੱਚ ਸਾਰੇ ਪਾਸੇ ਹਿੰਦੀ ਚੈਨਲਾਂ ਨੇ ਕਿਵੇਂ ਉਹਨਾਂ ਹਮਲਾ ਦਾ ਰਾਜਵੀਰ ਉਹਦੇ ਗਿੱਪੀ ਗਰੇਵਾਲ ਦੇ ਘਰੇ ਨਹੀਂ ਹੋਇਆ, ਜਿੰਨਾ ਤਗੜਾ ਹਮਲਾ ਹਿੰਦੀ ਚੈਨਲਾਂ ਨੇ ਕਰ ਦਿੱਤਾ ਰੌਲਾ ਪਾ ਪਾ ਕੇ, ਉਹ ਕਿਉਂ ਕੀਤਾ ਗਿਆ? ਉਹ ਇੱਕ ਫਿਲਮੀ ਜਿਹੜੀ ਫਿਲਮ ਆ ਰਹੀ ਸੀ ਇਹਨਾਂ ਦੀ, ਗਿੱਪੀ ਗਰੇਵਾਲ ਉਹਨਾਂ ਦੀ, ਉਹ ਸਾਰੀ ਕਹਾਣੀ ਆਪਾਂ ਸੁਣ ਵੀ ਲਵਾਂਗੇ, ਤੁਸੀਂ ਹੈਡ ਐਂਡ ਟੇਲ ਤੇ ਵੀ ਸੁਣ ਲਿਓ। ਪਰ ਅੱਜ ਦਾ ਇੱਕ ਮੁੱਦਾ ਬੜਾ ਗੰਭੀਰ ਆ, ਉਹ ਗੰਭੀਰ ਆ, ਉਸ ਵਾਸਤੇ ਵੀ ਰਾਜਵੀਰ ਬਾਵਾ ਸਾਹਿਬ ਤੁਹਾਨੂੰ ਅਲਰਟ ਕਰਨਗੇ, ਕਿਉਂਕਿ ਤੁਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਸ਼ਾਇਦ ਕੱਲ ਸਵੇਰੇ ਹੀ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ, ਤਾਂ ਤੁਸੀਂ ਆਪਣੀਆਂ ਧੀਆਂ ਭੈਣਾਂ ਨਾਲ ਜਾ ਕੇ ਇੱਕ ਫਿਲਮ ਦੇਖਣ ਜਾਣਾ ਹੈ। ਉਹ ਜਦੋਂ ਫਿਲਮ ਦੇਖੋਗੇ ਤਾਂ ਤੁਸੀਂ ਸ਼ਰਮਿੰਦੇ ਹੋ ਕੇ ਉੱਥੋਂ ਵਾਪਸ ਆਓਗੇ, ਸ਼ਾਇਦ ਤੁਸੀਂ ਪਿਓ ਧੀ ਭੈਣ ਭਰਾ ਜਾਂ ਸੱਜਣ ਮਿੱਤਰ ਜੋ ਵੀ ਆਪਸ ਜਾਂਦੇ ਆ, ਤੁਸੀਂ ਇੱਕ ਦੂਸਰੇ ਨਾਲ ਨਜ਼ਰਾਂ ਨਾ ਮਿਲਾ ਪਾਓ, ਇਸ ਕਿਸਮ ਦੇ ਤੁਹਾਡੇ ਨਾਲ ਹਾਲਾਤ ਹੋ ਸਕਦੇ ਨੇ। ਉਹ ਸਾਰੀ ਗੱਲਬਾਤ ਆਪਾਂ ਰਾਜਵੀਰ ਬਾਵਾ ਜੀ ਤੋਂ ਸੁਣਦੇ ਹਾਂ, ਕਿਉਂਕਿ ਇਹ ਅੱਖੀਂ ਦੇਖ ਕੇ ਹਾਲਾਤ ਤੁਹਾਡੇ ਨਾਲ ਬਿਆਨ ਕਰਨਗੇ। ਬਾਵਾ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਜਿਹੜੀ ਫਿਲਮ ਦੀ ਗੱਲ ਤੁਸੀਂ ਕਰ ਰਹੇ ਹੋ, ਮੈਂ ਚਾਹੂੰਗਾ ਕਿ ਉਹਦਾ ਨਾਮ ਵੀ ਤੁਸੀਂ ਲਓ ਤੇ ਉਹਦੀ ਜਿਹੜੇ ਕਰਤੂਤਾਂ ਇਹਨਾਂ ਨੇ ਕੀਤੀਆਂ ਨੇ ਬਸ਼ਰਮ ਕਰਨ ਵਾਸਤੇ ਲੋਕਾਂ ਨੂੰ, ਉਹਦੇ ਬਾਰੇ ਤੁਸੀਂ ਲੋਕਾਂ ਨੂੰ ਦੱਸੋ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ, ਜੀ ਜੀ ਮੈਂ ਜਦੋਂ ਤੁਹਾਨੂੰ ਦੇਖਦਾ ਗਲੋ ਆ ਜਾਂਦਾ ਮੇਰੇ ਚਿਹਰੇ ਤੇ, ਕਿਉਂਕਿ ਮੈਂ ਸੱਚ ਨਾਲ ਕੋਈ ਖੜਾ ਹੋਣ ਵਾਲਾ ਬਣਿਆ। ਥੈਂਕ ਤੁਸੀਂ ਯੂ। ਖੜੇ ਇਹ, ਤੁਹਾਡੇ ਤੋਂ ਪਹਿਲਾਂ ਮੈਂ ਸਾਰੇ ਚੈਨਲਾਂ ਕੋ, ਇੱਕ ਆਪਣੇ ਤੁਹਾਡੇ ਮੱਕੜ ਸਾਹਿਬ ਨੇ ਜਾਂ ਕਿੱਦਾਂ ਕਿੰਨੇ ਚੈਨਲ ਨੇ, ਕੁੜੀ ਵੀ ਆ ਹਨਾ, ਕੋਈ ਨਾਂ ਨੂੰ ਤਾਂ ਇਹਨਾਂ ਦੇ ਭੁੱਲ ਜਾਂਦਾ ਜਿਹੜੇ ਸਾਥ ਨਹੀਂ ਦਿੰਦੇ ਉਹਨਾਂ ਦੇ ਵਾਂ। ਜੀ 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 ਤੇ ਤੁਸੀਂ ਖੜੇ ਹੋਏ, ਤੁਹਾਡੇ ਤੋਂ ਪਹਿਲਾਂ ਇੱਕ ਚੈਨਲ ਸੀਗਾ ਜੀ ਆਪਣੇ ਲੈਮਨ ਚਿੱਲੀ ਫਿਲਮਸ, ਉਹਨਾਂ ਠੀਕ ਨੇ ਹੈ ਜੀ। ਇੰਟਰਵਿਊ ਲਾਈ ਸੀ, ਪਰ ਮੈਨੂੰ ਗੁੱਸਾ ਉਹਨਾਂ ਦਾ ਇਹ ਸੀ ਵੀ ਉਹਨਾਂ ਨੇ ਮੈਨੂੰ ਸਿਗਰਟ ਪੀਂਦਿਆਂ ਦਿਖਾਤਾ ਸੀ, ਮੈਂ ਆਪਣੇ ਬਾਪ ਤੋਂ ਡਰਦਾ। ਜਦੋਂ ਮੈਂ ਇਹ ਫਿਲਮ ਦੇਖੀ ਆਪਣੇ ਐਨੀਮਲ, ਉਹਦੇ ਜੀ ਵਿੱਚ ਮੈਨੂੰ ਬਾਪ ਯਾਦ ਆਇਆ ਮੇਰਾ ਜੀ। ਮੇਰੇ ਨਾਲ ਉਹਨੇ ਇਹ ਕੁਛ ਕੀਤਾ ਤੇ ਮੈਂ ਜਿਸ ਲੈਵਲ ਦਾ ਸੀ ਉਹ ਬਣ ਨਹੀਂ ਸਕਿਆ। ਲੋਕਾਂ ਨੇ ਵੀ ਮੇਰੇ ਨਾਲ ਚੀਟ ਕੀਤਾ। ਉਹ ਕਿਉਂ ਕੀਤਾ? ਕਿਉਂਕਿ ਮੇਰੇ ਨਾਲ ਮੇਰੇ ਆਪਣੇ ਨਹੀਂ ਸੀ। ਆਪਣੇ ਨਾਲ ਹੋਣੇ ਬਹੁਤ ਜ਼ਰੂਰੀ ਹੈ ਜੀ 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 ਹਮੇਸ਼ਾ। ਤੇ ਬਾਕੀ ਤੁਸੀਂ ਜੋ ਜੋ ਗੱਲ ਪੁੱਛੋਗੇ, ਦੋ ਫਿਲਮਾਂ ਆਈਆਂ ਜੀ ਹੁਣ। ਜੀ ਇੱਕ ਤਾਂ ਆਈ ਹੈ ਜੀ ਸੈਮ ਬਹਾਦਰ, ਜੀ ਅੰਮ੍ਰਿਤਸਰ ਦੇ ਬੰਦੇ ਤੇ ਆ ਜੀ, ਉਹ ਵੀ ਅੰਮ੍ਰਿਤਸਰ ਦੇ ਬੰਦੇ ਤੇ ਆ। ਹੈਡ ਐਂਡ ਟੇਲ ਤੇ ਕੋਈ ਬੰਦਾ ਮੇਰੇ ਨਾਲ ਬਹਿਸ ਕਰ ਰਿਹਾ, ਤੂੰ ਪੰਜਾਬੀਆਂ ਨੂੰ ਕਿੱਦਾਂ ਦਿਖਾਇਆ, ਤੂੰ ਉਹ ਨਹੀਂ ਬੋਲਦਾ, ਤੂੰ ਬੌਬੀ ਦਿਓਲ ਦੀ ਗੱਲ ਕਰਦਾ ਜਾਂ ਫਲਾਣੇ ਦੀ। ਭਾਜੀ ਪੰਜਾਬੀਆਂ ਦਾ ਮੁੰਡਾ ਕਰਦਾ ਕੀ ਦਿਖਾਇਆ ਫਿਲਮ 'ਚ, ਤੁਸੀਂ ਇਹ ਸੋਚੋ। ਐਡੀ ਕੁ ਹਾਈਪ ਬਣਾਤੀ ਪੰਜਾਬੀ ਸੂਰਮੇ, ਮੈਂ ਮੰਨਦਾ
100% ਮੰਨਦਾ ਹਰ ਚੀਜ਼ ਨੂੰ ਐ ਕਰ। ਉਹਨਾਂ ਨੇ ਟਾਰਗੇਟ ਪੰਜਾਬੀਆਂ ਨੂੰ ਹੀ ਕੀਤਾ, ਜੀ ਉਹਨਾਂ ਨੇ ਅਰਜਨ ਵੈਲੀ ਫਲਾਨਾ ਕਰਕੇ ਉਹ ਗਾਣਾ ਲਾਤਾ, ਤੇ ਅਰਜਨ ਵੈਲੀ ਜਿਹੜਾ ਗਾਣਾ ਗਾਇਆ ਭੁਪਿੰਦਰ ਬੱਬਲ ਸਾਹਿਬ ਨੂੰ ਮੈਂ ਮਿਲਿਆ ਹੋਇਆ। ਜੀ ਉਹਨਾਂ ਨੂੰ ਕਿਸੇ ਨੇ ਥੋੜੇ ਦਿਨ ਪਹਿਲਾਂ ਪੁੱਛਿਆ ਰਾਜਵੀਰ ਬਾਬੀ ਨੂੰ ਜਾਣਦਾ, ਕਹਿੰਦਾ ਨਹੀਂ ਜਾਣਦਾ, ਕਿਉਂਕਿ ਉਹਨਾਂ ਦਾ ਗਾਣਾ ਚੱਲ ਰਿਹਾ ਸੀ। ਭਾਜੀ ਪੰਜਾਬੀ ਗਾਣਾ ਇੱਕ ਮਾੜਾ ਜਿਹਾ ਚੱਲ ਜਾਏ ਤੇ ਇਹਨਾਂ ਦਾ ਸੁਭਾਵਕ ਹੀ ਏਦਾਂ ਨੇਚਰ ਹੋ ਜਾਣਾ, ਪਰ ਜੀ ਅੱਜ ਉਹ ਗਾ ਨਹੀਂ ਸਕਦੇ, ਬੁੱਢੇ ਹੋ ਚੁੱਕੇ ਆ। ਉਹਨਾਂ ਦਾ ਇੱਕ ਗਾਣੇ ਦੇ ਵਿੱਚ ਤੁਸੀਂ, ਮੈਂ ਤੁਹਾਨੂੰ ਲਿੰਕ ਭੇਜ ਦੂੰਗਾ, ਤੁਹਾਨੂੰ ਪਤਾ ਹੋਣਾ, ਤੁਹਾਡੇ ਕੋਲ ਸਾਰੀ ਰਿਪੋਰਟ ਦੇ ਨਾਲ ਮੈਂ ਸਬੂਤ ਵੀ ਭੇਜਦਾ। ਜੀ ਮੈਂ ਇੱਕ ਜੈਸਮਿਨ ਸੌਰੀ ਇੱਕ ਬਾਹਰ ਦੀ ਇੱਕ ਸਿੰਗਰ ਦਾ ਮੈਂ ਤੁਹਾਨੂੰ ਭੇਜਿਆ ਸੀ ਵੀਡੀਓ, ਉਹਦੀ ਰਿਹਾਨਾ। ਵੀ ਰਿਕਾਰਡਿੰਗ ਭੇਜੀ ਸੀ ਰਿਹਾਨਾ, ਹੈ ਨਾ ਜੀ। ਇਹ ਇਹਨਾਂ ਲੋਕਾਂ ਨੂੰ ਪਤਾ ਕੀ ਲੱਗਦਾ ਸੀ, ਝੂਠ ਬੋਲ ਦਿੰਦਾ ਨਾ, ਐ ਨਹੀਂ, ਹੈ ਨਾ। ਤੇ ਇਹਨਾਂ ਨੇ ਉਹ ਬੰਦੇ ਤੋਂ ਹੁਣ ਗਾਇਆ ਨਹੀਂ ਜਾਂਦਾ, ਪਰ ਉਹ ਅਰਜਨ ਬੈਲੀ ਨੇ ਗੜਾਸੀ ਮਾਰੀ ਫਲਾਨਾ, ਪੰਜਾਬ ਦੇ ਸਾਰੇ ਮੀਡੀਆ ਨੂੰ ਪੈਸਾ ਚਾੜਤਾ। ਜੀ ਇਹਨਾਂ ਨੇ ਇੰਨਾ ਬੋਲਣਾ ਸ਼ੁਰੂ ਕਰਤਾ, ਵਿੱਚੇ ਬੋਲੀ ਜਾਂਦੇ ਆ ਜੀ ਇਹ ਜਿਹੜਾ ਅਰਜਨ ਬੈਲੀ ਸੀ ਇਹ ਤਾਂ ਜੀ ਹਰੀ ਸਿੰਘ ਨਲੂਏ ਦਾ ਬੇਟਾ ਸੀ। ਅੱਛਾ। ਦੇਖੋ ਭਾਜੀ ਇਹਨਾਂ ਚੀਜ਼ਾਂ ਨੂੰ ਸੁਣ ਕੇ ਤੇ ਲੋਕਾਂ ਨੇ ਫਿਲਮ ਦੇਖਣ ਜਾਣਾ ਹੀ ਆ, ਜੁੜਨਾ ਹੀ ਆ। ਦੱਸੋ ਪੰਜਾਬੀਆਂ ਨੇ ਅੰਦੋਲਨ ਵਿੱਚ ਵੀ ਹਰਥਾ ਮੈਂ ਮੰਨਦਾ, ਜੰਗ ਦੇ ਵਿੱਚ ਵੀ ਧੁੰਮਾਂ ਪਾਈਆਂ, ਤੇ ਜੀ ਦੂਜੇ ਪਾਸੇ ਫਿਲਮ ਆਈ ਆ ਭਾਜੀ ਇੱਕ ਸੈਮ ਬਹਾਦਰ ਜੀ ਅੰਮ੍ਰਿਤਸਰ ਦਾ। ਐ ਨਹੀਂ ਵੀ ਸਿੱਖ ਬੰਦਾ ਸਿੱਖ ਧਰਮ 'ਚ ਹੀ ਬੰਦਾ ਪੈਦਾ ਹੋ ਸਕਦਾ ਵਧੀਆ, ਜਨੇਊ ਪਾਉਣ ਦੀ ਪੱਗ ਬੰਨਣ ਦੀ ਲੋੜ ਨਹੀਂ ਜੇ ਵਧੀਆ ਗੱਲ ਕਰਨੀ ਹੈ। ਉਹ ਜੀ ਸੈਮ ਬਹਾਦਰ ਜਿਹੜਾ ਪ੍ਰਧਾਨ ਮੰਤਰੀ ਨੂੰ ਵੀ ਮਤਲਬ ਠੋਕ ਕੇ ਰੱਖਦਾ ਸੀ, ਉਹ ਫਿਲਮ ਮੈਂ ਕਹਿੰਦਾ ਦੇਖਣ ਜਾਓ। ਹੁਣ ਕਈ ਬੰਦੇ ਮੇਰੇ ਚੈਨਲ ਤੇ ਹੈਡ ਐਂਡ ਟੇਲ ਤੇ ਕਹਿੰਦਾ ਤੂੰ ਐ ਕਹਿੰਦਾ ਪੰਜਾਬੀਆਂ ਦੀ ਹੋਂਦ ਕੀ ਦਿਖਾਈ, ਹੋਂਦ ਉਹਨਾਂ ਨੇ ਇਹ ਦਿਖਾਈ ਇਹ ਪੰਜਾਬੀਆਂ ਦਾ ਮੁੰਡਾ ਕਰਦਾ ਕੀ ਆ। ਪੰਜਾਬੀ ਮੁੰਡੇ ਜਿਨ੍ਹਾਂ ਨੂੰ ਸਿਕਿਉਰਿਟੀ ਲੈ ਕੇ ਜਾਂਦਾ ਤੇ ਉਹ ਉੱਥੇ ਜਾ ਕੇ ਕੁੜੀਆਂ ਬੁਲਾ ਲੈਂਦੇ ਅੰਗਰੇਜ਼, ਅੱਛਾ। ਇਹ ਵੀ ਤਾਂ ਪਹਿਲੂ ਦੇਖੋ, ਦਲੇਰ ਹੁੰਦੇ ਆ ਪੰਜਾਬੀ ਸਾਨੂੰ ਪਤਾ ਹੈ, ਪਰ ਭਾਜੀ ਆਪਾਂ ਇਹਨੂੰ ਨੈਗੇਟਿਵਿਟੀ ਨੂੰ ਵੀ ਸੋਚੀਏ। ਜੀ ਅਰਜਨ ਬੈਲੀ ਗਾਣਾ ਕਿਉਂ ਪਾਇਆ ਗਿਆ, ਉਹਨਾਂ ਨੂੰ ਪਤਾ ਸਾਊਥ ਵਾਲਾ ਕੋਈ ਵੀ ਐਕਟਰ ਭਾਜੀ ਲਿਖ ਕੇ ਲੈ ਲਓ, ਉਹ ਬੰਦੇ ਕਦੀ ਕਰੋੜਾਂ ਰੁਪਈਆ ਲੈ ਕੇ ਵੀ ਇਦਾਂ ਦੇ ਸੀਨ ਨਹੀਂ ਕਰਦੇ। ਇਹਨਾਂ ਪੂਰਾ ਨੰਗਾ ਕੁੜੀ ਨੂੰ ਇਦਾਂ ਹੱਥ ਰੱਖ ਕੇ ਕੁੜੀ ਨੂੰ ਤੇ ਮੁੰਡੇ ਨੂੰ ਨੰਗਾ ਦਿਖਾ ਦਿੱਤਾ ਫਿਲਮ 'ਚ। ਅੱਛਾ। ਬੌਬੀ ਦਿਓਲ ਜਿਹੜਾ ਆਹ ਆ, ਇਹਦੀਆਂ ਤੁਸੀਂ ਸੋਚੋ ਵੀ ਕਿੰਨੀਆਂ ਇਹਨਾਂ ਨੇ ਇਹ ਵਿਰੋਧ ਕੀਤਾ ਅੰਦੋਲਨ 'ਚ, ਹੁਣ ਦੇ ਇਹਨਾਂ ਦੀਆਂ ਫਿਲਮਾਂ ਗਦਰ ਹਿੱਟ ਕਰਾਈ ਪੰਜਾਬੀਆਂ ਨੇ, ਕਿੰਨੀ ਛੇਤੀ ਭੁੱਲਦੇ ਆ ਭਾਜੀ ਇਹ। ਤਾਂ ਪਹਿਲਾਂ ਤਾਂ ਕਹਿੰਦੇ ਸੀ ਗਦਾਰ ਨੇ, ਪੰਜਾਬ ਦੇ ਗਦਾਰ ਨੇ, ਤੇ ਹੁਣ ਉਹਨਾਂ ਦੇ ਪਿੱਛੇ ਵੀ ਜਾ ਰਹੇ ਆ। ਬਾਬਾ ਜੀ ਹੁਣ ਦੀ ਫਿਲਮ ਹਿੱਟ, ਸਾਡੇ ਗਾਤਰੇ ਪਾ ਕੇ ਬੰਦੇ, ਮੈਂ ਬੰਦਾ ਓਪਨ ਕਰ ਦੂੰਗਾ ਉਹਨੂੰ, ਗਾਤਰਾ ਪਾ ਕੇ ਬੰਦਾ ਹਮੇਸ਼ਾ ਇਹਨਾਂ ਫਿਰਦਾ ਹੈ। ਜਦੋਂ ਸਨੀ ਮੈਂ ਕਿਹਾ ਤੂੰ ਦਿਓਲ ਨਾਲ, ਮੇਰੀ ਮੀਟਿੰਗ ਕਰਾ ਦੇ, ਸਨੀ ਦਿਓਲ ਨਾਲ। ਹਾਂਜੀ, ਉਹ ਮੈਂ ਕਿਹਾ ਮੇਰੀ ਮੀਟਿੰਗ ਕਰਾ ਉਹਨਾਂ, ਭਗਤ ਸਿੰਘ ਤੇ ਫਿਲਮ ਬਣਾਉਣੀ ਹੈ, ਮੈਂ ਜਾਣ ਕੇ ਕੀਤਾ। ਨਹੀਂ ਮੈਂ ਹੁਣ ਰਿਲੈਕਸ, ਮੇਰੇ ਕੋਲ ਰਿਕਾਰਡਿੰਗ ਅਜੇ ਭੇਜ ਦੂੰਗਾ ਤੁਹਾਨੂੰ, ਮੈਂ ਹੁਣ ਰਿਲੈਕਸ ਹੋਣਾ, ਹੁਣ ਨਹੀਂ ਉਹਨਾਂ ਫਿਰਦਾ, ਇਹ ਅਗਲੀ ਵਾਰ ਵੀ ਫਿਰੂਗਾ। ਇਹ ਉਹੀ ਬੰਦਾ ਜਿਹਦੇ ਲਈ ਸਨੀ ਦਿਓਲ ਨੇ ਕਿਹਾ ਸੀ ਮੈਂ ਪੰਜਾਬ 'ਚ ਨਾ ਹੋਵਾਂ ਤੇ ਇਹ ਬੰਦੇ ਨੂੰ ਕੰਮ ਦੱਸੋ, ਲੋਕਾਂ ਨੇ ਥੱਲੇ ਕਮੈਂਟ ਪਾਏ ਸੀ ਕਿ ਸਾਲਿਆ ਫਿਲਮਾਂ ਵੀ ਇਹਨੂੰ ਕਰਨ ਨੂੰ ਦੇ ਦੇ, ਫਿਰ ਹਾਂਜੀ ਹਾਂਜੀ ਲੋਕ ਹਾਂਜੀ। ਚੰਗੇ ਹੀ ਆ, ਲੋਕ ਚੰਗੇ ਹੀ ਆ ਵਿਚਾਰੇ, ਦੋ ਚਾਰ ਬੰਦੇ ਨੇ। ਮੈਂ ਤੁਹਾਨੂੰ ਅੱਜ ਇੱਕ ਪ੍ਰੋਪਰ ਗੱਲ ਦੱਸ ਦਿੰਦਾ, ਜਦੋਂ ਅਸੀਂ ਚੈਨਲ ਖੋਲਣਾ ਸੀ ਨਾ ਜੀ, ਅਸੀਂ ਕਿਸੇ ਨੂੰ 10,000 ਰੁਪਇਆ ਦੇ ਦਿੱਤਾ ਵੀ ਜੀ ਇਹ ਫਿਲਮ ਦਾ ਕੀ ਕਰਨਾ ਹੁੰਦਾ, ਮੋਨੋਟਾਈਜ਼, ਪ੍ਰਮੋਸ਼ਨ। ਮੋਨੋਟਾਈਜ਼ ਮੇਰੇ ਕੋ, ਮੈਂ ਚੈਨਲ ਨਹੀਂ ਚਲਾਉਂਦਾ, ਮੈਨੂੰ ਇੰਨਾ ਪਤਾ ਨਹੀਂ, ਸਭ ਨੂੰ ਐ ਲੱਗਦਾ ਮੋਨੋਟਾਈਜ਼ ਕਰਨਾ ਹੁੰਦਾ, ਤੇ ਉਹਨੇ ਪੈਸੇ ਲੈ ਲਏ ਤੇ ਉਹ ਸਾਨੂੰ 3 ਮਹੀਨੇ ਘੁਮਾਈ ਗਿਆ ਜੀ। ਇਹ ਫਿਲਮ ਹੀ ਅੱਛਾ। ਲੈਣ ਦਾ ਬੰਦਾ ਹੈ, ਉਦਾਂ ਮੇਰੇ ਪੈਰੀਆਂ ਤੋਂ ਲਾਉਂਦਾ, ਪੈਰੀਆਂ ਤੋਂ ਮੈਂ ਲਾਉਂਦਾ ਨਹੀਂ। ਪਰ ਉਹਨੇ ਸਾਨੂੰ ਕੀ ਕਿਹਾ ਕਿ 10-15 ਆਈਡੀਆਂ ਖੋਲੋ ਫੇਕ, ਮੈਂ ਕਿਹਾ ਵੀ ਸਾਤੋਂ ਨਹੀਂ ਹੋਣੀਆਂ, ਇਹ ਅਸੀਂ ਨਹੀਂ ਕਰਨਾ। ਤੇ ਮੈਂ ਤੁਹਾਨੂੰ ਇੱਕ ਦੱਸ ਦੇਵਾਂ, ਬੱਬੂ ਮਾਨ ਦੀ ਜਦੋਂ ਫੇਸਬੁੱਕ ਮੈਂ ਨਵਾਂ ਨਵਾਂ ਚਲਾਉਣ ਲੱਗਿਆ, ਬੱਬੂ ਮਾਨ ਦੀ ਆਈਡੀ ਤੋਂ, ਬੱਬੂ ਮਾਨ ਦੀ ਨਹੀਂ ਆਈਡੀ ਕਿਸੇ ਹੋਰ ਦੀ ਆਈਡੀ ਤੋਂ ਮੈਨੂੰ ਕਮੈਂਟ ਆਇਆ ਕੁਛ ਨਾ, ਤੇ ਉਹਨਾਂ ਨੇ ਕੋਈ ਵੀਡੀਓ ਪਾਈ, ਮੈਂ ਉੱਤੇ ਗਲਤ ਕਮੈਂਟ ਪਾ ਦਿੱਤਾ, ਮੈਂ ਪਹਿਲਾਂ ਤੋਂ ਪਾਉਂਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਲੀਮ ਨਾਲ ਮੇਰੇ ਕੋਲ ਬਹੁਤ ਹੀ ਨਹੀਂ ਬਣਦੀ। ਸਲੀਮ ਨੇ ਇੱਕ ਫੋਟੋ ਪਾਈ ਮੁੰਬਈ ਆਉਂਦਿਆਂ, ਉਦੋਂ ਇਹ ਨਵੇਂ ਨਵੇਂ ਆਉਂਦੇ ਹੁੰਦੇ ਸੀ, ਹਨਾ, ਜਿੱਥੇ ਮੈਂ ਬੋਰ ਕਰ ਗਿਆ ਤੁਹਾਨੂੰ ਦੱਸ ਦਿਓ ਮੈਨੂੰ, ਜੀ ਜੀ ਹੈ ਨਾ।
ਉਹ ਫੋਟੋ ਪਾਤੀ ਤੇ ਮੈਂ ਉਹ ਕਮੈਂਟ ਥੱਲੇ ਪਾਤਾ, ਸਾਰੇ ਲੋਕ ਹੀਰੋ ਘੈਂਟ ਬਾਬਾ ਉਹ ਕਿਆ ਬਾਤ ਹੈ ਕੋਕਾ। ਮੇਰਾ 55ਵਾਂ ਜਾਂ 56ਵਾਂ ਉਹ ਕਮੈਂਟ ਸੀ ਤੇ ਸਾਰੇ ਝੂਠ ਬੋਲਦੇ ਆ, ਜਮਾਂ ਭਈਆ ਲੱਗਦਾ। ਅੱਛਾ ਤੇ ਜੱਗੀ ਸਿੰਘ ਇਹਦਾ ਗਵਾਹ ਹੋਊਗਾ, ਤੇ ਸਲੀਮ ਨੇ ਮੈਨੂੰ ਫੋਨ ਵੀ ਕੀਤਾ ਸੀ ਵੀ ਇਹ ਕਮੈਂਟ ਕਰ ਡਿਲੀਟ ਕਰ ਦੇ। ਮੈਂ ਕਿਹਾ ਜੀ ਮੈਨੂੰ ਪਾਉਣੇ ਆਉਂਦੇ ਆ, ਡਿਲੀਟ ਕਰਨੇ ਨਹੀਂ ਆਉਂਦੇ, ਹੈਗਾ ਥੋੜ੍ਹਾ ਜਿਹਾ ਮੈਂ ਇੱਦਾਂ ਦਾ, ਮੈਂ ਇੱਦਾਂ ਹੀ ਰਹੂੰਗਾ ਭਾਜੀ, ਮੈਂ ਆਪਣੀ ਜ਼ਿੰਦਗੀ ਜੀ ਰਿਹਾ, ਮੈਂ ਲੋਕਾਂ ਦੇ ਹਿਸਾਬ ਨਾਲ ਥੋੜ੍ਹੀ ਜੀਣੀ ਹੈ ਨਾ। ਜੀ 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 ਤੇ ਜੀ ਮੇਰੀ ਉਹਨੇ, ਪਰ ਉਹ ਬੰਦਾ ਘੈਂਟ ਆ, ਉਹ ਬੰਦਾ ਘੈਂਟ ਕਿਵੇਂ, ਉਹਨੂੰ ਪਤਾ ਲੱਗਿਆ ਮੈਂ ਭਗਤ ਸਿੰਘ ਤੇ ਫਿਲਮ ਬਣਾ ਰਿਹਾ, ਉਹ ਭਗਤ ਸਿੰਘ ਦੇ ਨਾਂ ਨੂੰ ਆਇਆ, ਮੇਰੇ ਲਈ ਨਹੀਂ ਆਇਆ ਭਾਜੀ। ਇਹ ਚੀਜ਼ਾਂ ਮੈਂ ਪੋਜ਼ਿਟਿਵ ਵੀ ਕਹਿਣਾ ਲੋਕਾਂ ਨੂੰ, ਅੱਜ ਵੀ ਬਣਦੀ ਰਹੀ ਆ ਮੇਰੀ ਉਹਨਾਂ ਸਲੀਮ ਨਾਲ। ਤੇ ਇਹਨਾਂ ਨੇ ਅਰਜਨ ਵੈਲੀ ਦੇ ਨਾਂ ਤੇ ਫਿਲਮ ਹਾਈਲਾਈਟ ਕੀਤੀ, ਕਿੰਨਾ ਕੁਛ ਪੰਜਾਬ ਦਾ ਸਾਰਾ ਮੀਡੀਆ ਤੁਹਾਨੂੰ ਛੱਡ ਕੇ, ਅੱਛਾ ਅਰਜਨ ਵੈਲੀ ਜੇ ਸੀ, ਅਰਜਨ ਵੈਲੀ ਵੋ ਸੀ, ਹਾਈਲਾਈਟ ਕਰਤੀ ਫੁੱਲ। ਤੇ ਮੈਂ ਤਾਂ ਪਹਿਲੇ ਦਿਨ ਫਿਲਮ ਦੇਖਦਾ ਜੀ, ਥੀਏਟਰ ਜਾ ਕੇ ਜੀ ਮੈਂ ਦੇਖੀ, ਮੈਂ ਰਿਵਿਊ ਪਾਇਆ ਭਾਜੀ ਉਹ ਫਿਲਮ। ਮੈਂ ਹੁਣ ਤੁਹਾਡੇ ਚੈਨਲ ਤੁਸੀਂ ਕੱਟ ਦੇਣੀ ਹੈ ਸ਼ਾਇਦ, ਨਹੀਂ ਪੌਰਨ ਨਹੀਂ ਫਿਲਮ ਹੈ ਇੱਕ ਤਰ੍ਹਾਂ, ਦੱਸੋ 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 ਪੌਰਨ ਤੁਸੀਂ ਖੁੱਲ੍ਹ ਕੇ ਦੱਸੋ। ਪੌਰਨ ਫਿਲਮ ਹੈ ਜੀ ਉਹ, ਗੰਦੀ ਗੰਦੀ ਫਿਲਮ ਪੰਜਾਬੀ ਚ ਕਹਿ ਲਈਏ। ਉਹ ਚ ਭਾਸ਼ਾ ਇੰਨੀ ਕੁ ਗੰਦੀ ਯੂਜ਼ ਕੀਤੀ ਗਈ, ਮੇਰੇ ਨਾਲ ਦੀ ਸੀਟ ਤੇ ਮੇਰੇ ਚੈਨਲ ਤੇ ਮੈਂ ਬੋਲਿਆ ਵੀ ਕੁੜੀ ਪਈ ਸੀ ਵਿਚਾਰੀ, ਭਾਈ ਨਾ ਆਈ ਸੀ, ਉਹ ਇੱਕ ਦੋ ਸੀਨ ਦੇਖ ਕੇ ਸੌਂ ਗਈ ਵਿਚਾਰੀ। ਮੈਨੂੰ ਇੰਨਾ ਪਿਆਰ ਆਇਆ ਵੀ ਬਾਹਰ ਆ ਕੇ ਉਹਨੂੰ ਮੈਂ ਮਿਲਿਆ, ਮੈਂ ਉਹਨਾਂ ਗੱਲਬਾਤ ਕੀਤੀ, ਮੈਂ ਕਿਹਾ ਪੁੱਤ ਮੈਂ ਤੈਨੂੰ ਪਿਆਰ ਕਰਦਾ, ਕਹਿੰਦੇ ਥੈਂਕ ਯੂ ਭਾਜੀ। ਉਹ ਆਪਾਂ ਕਹਿੰਦਾ ਜੁੜੇ ਇਹਨਾਂ ਦੇ, ਇਹ ਜਿਹੜਾ ਮੀਡੀਆ ਇਹ ਪਹਿਲਾਂ ਕਹਿੰਦਾ ਸੀ ਗੋਦੀ ਮੀਡੀਆ, ਬੰਬੇ ਵਾਲੇ ਦਿੱਲੀ ਵਾਲੇ ਨੂੰ ਜਾਂ ਕਿਸੇ ਨੂੰ, ਤੇ ਆਪ ਕੀ ਕਰ ਰਿਹਾ, ਕਿਹੜੇ ਕਿਹੜੇ ਚੈਨਲ ਦਾ ਨਾਂ ਲੈ ਜਾ, ਕਿਹਦੇ ਕਿਹਦੇ ਸਬੂਤ ਦੇਣਾ ਜੀ, ਇਹਨਾਂ ਸਾਰਿਆਂ ਨਾਲ ਮੈਂ ਗੱਲ ਕੀਤੀ ਵੀ ਮੇਰਾ ਸੱਚ ਰੱਖੋ, ਕਿਸੇ ਨੇ ਨਹੀਂ ਰੱਖਿਆ। ਪ੍ਰਾਈਮ ਏਸ਼ੀਆ ਬਹੁਤ ਚੰਗਾ ਲੱਗਦਾ ਲੋਕਾਂ ਨੂੰ, ਉਹਦੇ ਮਾਲਕ ਨੂੰ ਪੁੱਛੋ, ਮਾਲਕ ਨਾਲ ਗੱਲਾਂ ਰਿਕਾਰਡਿੰਗ ਮੈਂ ਤੁਹਾਨੂੰ ਭੇਜ ਦਿੰਦਾ ਜੀ। ਇਹਨਾਂ ਨੇ ਗੰਦ ਪਾਇਆ, ਹੁਣ ਸਾਡੇ ਕਹਿਣ ਤੋਂ ਪਹਿਲਾਂ, ਸਾਡੇ ਕਹਿਣ ਤੋਂ ਬਾਅਦ ਸੌਰੀ, ਇਹ ਬੋਲਣ ਲੱਗ ਪਿਆ ਇਹ ਫਿਲਮ ਦੇਖਣ ਨਾ ਜਾਇਓ, ਇਹ ਫਿਲਮ ਦੇਖਣ ਨਾ ਜਾਇਓ, ਕਈ ਇਹਦਾ ਮਤਲਬ, ਕਈ ਲੋਕ ਸਾਨੂੰ ਦੇਖਦੇ ਆ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ, ਇਹਦਾ ਮਤਲਬ ਇਹ ਹੈ ਜੀ 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 ਨਾ। ਮੈਂ ਕਈ ਗੱਲਾਂ ਮਜ਼ਾਕ ਚ ਹੱਸ ਕੇ ਬੋਲਦਾ, ਮੈਨੂੰ ਖੁਸ਼ੀ ਹੁੰਦੀ ਹੈ ਕਿ ਸੱਚ ਲੋਕ ਸੁਣਦੇ ਆ। ਮੇਰੇ ਜੀ ਚੈਨਲ ਤੇ ਦੋ ਚਾਰ ਲੋਕ ਆ ਜਿਹੜੇ ਗਲਤ ਕਮੈਂਟ ਪਾਉਂਦੇ ਆ, ਉਹਨਾਂ ਦਾ ਜਵਾਬ ਇਹ ਹੈ ਭਈ ਜਦੋਂ ਬੱਬੂ ਮਾਨ ਦਾ, ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਉਹ ਗਲਤ ਕਮੈਂਟ ਚੱਕਰ ਹੋ ਗਿਆ, ਤੇ ਮੈਂ ਮੈਨੂੰ ਕਹਿੰਦਾ ਆ ਕੇ ਦਿਖਾ ਨੌ ਫੇਸ, ਅੱਛਾ ਮੈਂ ਪਹੁੰਚ ਗਿਆ ਜੀ। ਉਦੋਂ ਫੋਨ ਹੀ ਚੱਲਦੇ ਸੀ, ਜਦੋਂ ਫੇਸਬੁੱਕ ਹੀ ਚੱਲਦਾ ਸੀਗਾ, ਪਹੁੰਚ ਗਿਆ ਤੇ ਬਾਅਦ ਉੱਥੋਂ ਇੱਕ ਨਾ ਉਹ ਨਾਗਰਾ ਭਾਜੀ ਆ, ਉਹਦਾ ਕੰਮ ਸਾਂਭਦੇ ਬੱਬੂ ਮਾਨ, ਨਾਂ ਲੈ ਕੇ ਬੋਲ ਰਿਹਾ ਜੀ, ਜੇ ਝੂਠਾ ਹੋਵਾਂ ਫੇਕ ਹੋਵਾਂ ਤਾਂ ਆਹ ਗੱਲ ਨਾ ਕਰਾਂ। ਜੀ ਨਾਗਰਾ ਭਾਜੀ ਬਾਹਰ ਆਏ, ਕਹਿੰਦੇ ਵੀ ਕਿੱਦਾਂ ਕਿੱਦਾਂ ਖੜੇ ਇੱਥੇ, ਮੈਂ ਕਿਹਾ ਇੱਥੇ ਕਿਸੇ ਨੇ ਨਾ ਆਇਆ ਮੈਨੂੰ ਕਰਕੇ ਕਮੈਂਟ ਪਾਇਆ, ਤੇ ਤੂੰ ਆ ਕੇ ਦਿਖਾ ਤਾਂ ਆਇਆ, ਕਹਿੰਦਾ ਜਾਓ ਜੀ ਜਵਾਕ ਉਹਨਾਂ ਨੂੰ ਪਤਾ ਨਹੀਂ ਤੁਹਾਡੇ ਬਾਰੇ, ਚਲ ਚਲ ਜਾਓ। ਉਦੋਂ ਮੈਂ ਆਈਡੀਆ ਲਾਇਆ ਭਈ ਸਭ ਤੋਂ ਪਹਿਲਾਂ ਆਈਡੀਆ ਬੱਬੂ ਮਾਨ ਨੇ ਬਣਾਈਆਂ ਫੇਕ, ਅੱਜ ਅੱਛਾ ਸਾਨੂੰ ਵੀ ਕਹਿੰਦੇ ਫੇਕ ਆਈਡੀਆ ਬਣਾਓ, ਤੇ ਉਹ ਉਹਨਾਂ ਦੀਆਂ ਆਈਡੀਆ ਜਦੋਂ ਅਸੀਂ ਉਹ ਕਮੈਂਟ ਪਾਉਂਦੇ ਸੀ ਉਹ ਆਪ ਹੀ ਜਵਾਬ ਦਿੰਦੇ ਸੀ ਹਨਾ, ਜੀ ਤੇ ਉਹ ਉਦੋਂ ਸਭ ਤੋਂ, ਬੱਬੂ ਮਾਨ ਦੇਖੋ ਜੀ ਲਿਖ ਕੇ ਦਿੰਦਾ ਸਿਆਣਾ ਬਹੁਤ ਹੈ ਬੰਦਾ, ਆਪਣਾ ਭਰਾ ਬਹੁਤ ਹੀ ਸਿਆਣਾ ਹੈ, ਇੰਨਾ ਸਿਆਣਾ ਸੋਚ ਵੀ ਨਹੀਂ ਸਕਦੇ ਤੁਸੀਂ। ਉਹਨੇ ਪਹਿਲਾਂ ਗੇਮ ਖੇਲ ਲਈ ਉਹ ਜਿਹੜੀ ਜਿਹੜੀ ਅੱਜ ਖੇਲ ਰਹੇ ਲੋਕ, ਠੀਕ ਹੈ। ਕਈ ਆਈਡੀਆ ਬਣਾ ਲਈਆਂ ਉਹਦੇ ਚੋਂ ਕਮੈਂਟ ਟਾਈਮ ਪਾਉਣਾ, ਉਹਨੂੰ ਵਿਦਵਾਨ ਬਣਾ ਦਿੱਤਾ, ਉਹਦੇ 5-7 ਆਲੇ ਦੁਆਲੇ ਫਿਰਦੇ ਸੀ ਜਿਹੜੇ, ਉਹਨੇ ਐਂ ਸ਼ੋ ਕਰਤਾ, ਉਹ ਬਾਈ ਤੂੰ ਤਾਂ ਕਮਾਲ ਹੀ ਆ ਓਏ, ਉਹ ਤਾਂ ਚਮਚੇ ਆ ਜੀ ਉਹਨਾਂ ਦਾ ਖਾਣਾ ਪੀਣਾ, ਉਹ ਤਾਂ ਉਹ ਭੋਲਾ ਆ ਵਿਚਾਰਾ, ਚਲਾ ਮਾੜਾ ਨਹੀਂ ਹੈਗਾ ਉਹ, ਚੰਗਾ ਹੀ ਹੈ। ਜੇ ਸਿੱਧੂ ਵਾਂਗੂ ਕਿਤੇ ਹੁੰਦਾ ਤੇ ਉਹ ਬਹੁਤ ਉੱਪਰ ਹੁੰਦਾ, ਉਹਨੂੰ ਉਹ ਗੇਰੇ ਦਾਇਰੇ ਨਹੀਂ ਘੁਮਾਤਾ ਭਾਜੀ। ਠੀਕ ਹੈ। ਤੇ ਤੁਸੀਂ ਫਿਲਮ ਲੈਣ ਦਾ ਜੇ ਤੁਸੀਂ ਪੁੱਛੋ ਨਾ, ਤੁਸੀਂ ਮੇਰੇ ਨਾਲ ਗੱਲ ਕਰਦੇ ਹੋ, ਹੁਣ ਕਈ ਲੋਕ ਮੈਨੂੰ ਗਲਤ ਕਮੈਂਟ ਪਾਉਂਦੇ, ਮੈਂ ਲਿਖ ਕੇ ਦਿੰਦਾ ਜੀ ਹਮੇਸ਼ਾ ਸੱਚ ਹੀ ਬੋਲਾਂਗੇ, ਜਿੰਨੇ ਤੱਕ ਮੈਂ ਜਿੰਦਾ ਹੈਡ ਐਂਡ ਟੇਲ ਤੇ, ਪੈਸੇ ਲੈ ਕੇ ਆਪਾਂ ਰਿਵਿਊ ਨਹੀਂ ਪਾਵਾਂਗੇ। ਤੁਸੀਂ ਭਾਜੀ ਥੋੜੀ ਜਿਹੀ ਹੋਰ ਡਿਟੇਲ ਦੱਸੋ, ਜਿਹੜੀ ਐਨੀਮਲ ਫਿਲਮ ਆਈ ਹੈ ਤੇ ਇਹਦੇ ਬਾਰੇ ਹੋਰ ਕੀ ਕੁਛ ਹੈ ਇਹਦੇ ਵਿੱਚ, ਤਾਂ ਕਿ ਦਰਸ਼ਕ ਥੋੜਾ ਜਾਗ ਜਾਣ, ਧੀਆਂ ਭੈਣਾਂ ਨਾਲ ਨਾ ਜਾਣ ਉੱਥੇ।
एनिमल फिल्म दे विच मैं तुम दादा जी इन्ने गंदे सीन है जो सोच नहीं सकते तुम। अच्छा उन्होंने मैं उसको अवार्ड क्या नंबर दिया, ए ग्रेड दिया। देखो कहां, अच्छा मैं देखो मैं इतना कुछ सोच रही ना, हिंदी बोल रही ता हिंदी में आ गई सॉरी। ए हूं मेरा असिस्टेंट है मुंडा, इन्हू मैं दादा ओ एंट्री पाती एक बॉबी देओल दी एंट्री है फिल्म च जाके देखो, इन्ना का गंदा काम दिखाया। मतलब पंजाबी खून ही उन्होंने दिखाया, तो जनानियां ना किदा करदा वो मतलब पॉर्न फिल्म है ये, फैमिली ना जान दा मसला नहीं। दूजे पासे भाजी मैं तुहानू दसदा भाई सैम बहादुर यार हिंदुस्तान दा मर्द बंदा, गुलजार साहब की सोच बहुत बढ़िया है, ये गुलजार साहब ने कीता होगा, कोई भी नहीं कर सकता। गुलजार साहब की एक फिल्म आई सी भाजी मैं तुम दसा, वो सी फिल्म क्या दिल्ली क्या लाहौर, दो करैक्टर ते फिल्म। गुलजार साहब की बेटी ने फिल्म कीती है, कई की लोग मैंने बैड कमेंट पाते, कोई चक्कर नहीं, उन्होंने ये फिल्म बनी है एनिमल देख लैणगे वो। 10 10 मिनट गोलियां चली जानियां, 7 7 मिनट मुक्के ही मारी जाते हैं, इन्नी क घटिया फिल्म। सैम बहादुर एक पंजाब का ऐसा बंदा, अमृतसर का, आजादी तो पहला अंग्रेजों के टाइम चो सिखता, अंग्रेज डिसिप्लिन सिखाते सानू, असि उन्होंने गुलामी समझ लिया। अज असि आप जाने उत्थे भाजी, मेरी गल्लां गलत हो सकती है, मैं काम गलत नहीं करता, ये लोग काम गलत करते गल्लां गलत नहीं करते, जेडे काम गलत करते हैं गल्लां गलत नहीं करते, वो बहुत खतरनाक बिल्कुल सही गल है। है ना। मेरिया फिल्मों के तो कई बार डायलॉग बन आवाज आवा मेडल आवाज ओदे विच आवाज मैं कट्टी मैनू गई सी हीरो माड़ी जी। कहिंदा की वो क्या हीरो। तुसी? मैं ना वो एक फिल्म आई सी मेडल, ओदे विच मैनू को बंदा कहिंदा कपड़े वधिया पा ला, आ कपड़े अज तां वधिया पाया इन्हां ने टीम ने कहा, ये कपड़े शर्ट देख के ना बजट ना लाउण ला प्यो, ये महंगी शर्ट है ये किसी की गिफ्ट है, मैं बहुत सस्ते कपड़े पाऊंगी ये भी दस दूंगा है ना। ते ओदे विच मैंने कहना कपड़े वधिया पा ला प्रोड्यूसर नू मिलना, मैं कहा काम मैं करना कपड़िया ने नहीं कपड़े करना, ओ सही कर। कपड़िया ने नहीं करना, ओ फिल्म दे विच डायलॉग पाया उस बंदे ने, एस अच्छा औकात दे मालिक असीं, सानू फुकरे समझो कुछ समझो, सच बोलते हैं भाजी, तुसी साथ दे रहे हो, बाकी देख लो कोई किन्ने चैनल किदा किदा नाम लवां, कोई एक बंदे का नाम नहीं, बड़ा भोला जिहा है ना, उन्हें पैसों की भी रिकॉर्डिंग है, वेखो किसी ने सच नहीं बोलिया जी, सच बोलने लिए कोई रेडी नहीं सी, ऑपोजिट बहुत गलत बंदे ने, गलत नहीं बड़े बंदे ने। भाजी बब्बू तुसी आ हो जी जी तुसी आ हाँ गिप्पी गरेवाल बारे दे हमले बारे भी कोई दस्या सी, वो मैं चाहुंना भी दर्शकां नूं फिर तो दसो भी हमला किवें होया की झूठ बोलिया की सच बोलिया। भाजी ऐ करो, ए तो हुण बैठा पंजाब, आवाज आवाज कट्टी गई, की कह रहे हो? कित्थे बैठा? ए तो हुण पंजाब बैठा, एदे नाल इहदा कैमरामैन भी आया, देखो सबूत दिंदा मैं, कैमरामैन कौन है, बलजीत सिंह देओ, वो डायरेक्टर ने असल बहुत वधिया लाइट में लाइटिंग उहनां दी बहुत कमाल दी, मैं फेवरेट मेरे फेवरेट ने ओ, जे मैं कभी मेरी जिंदगी च मैनूं चांस मिलिया मैं फिल्म बनाऊंगा तो मैं उन्होंने एज ए कैमरामैन लूंगा। उन्होंने मिर्जा बनाई किद्दियां बनाइयां ना जे किद्दां, ते मिर्जा तो बाद में ना उन्हां दा राफ्ता भी होया सी, मैं उन्होंने जवाब देता, मैं कहा नहीं जी मैं नहीं करनी तुहानूं, मिर्जा और की बेकार फिल्म, मैं लैंग्वेज गलत बोली सी पर मैं ये कहा सी, मैं कहा मिर्जा और की बेकार फिल्म बनाउण तो बाद मैं नहीं स्वाद नहीं आउंदा, भाजी जुरत हैगी है, जुरत वाले बंदे हैं ਤੁਸੀਂ ਗਿੱਪੀ ਇਹ ਗੁੜਤੀ। ਗਿੱਪੀ ਗਰੇਵਾਲ ਦੇ ਐਪੀਸੋਡ ਤੇ ਆਓ ਮਾੜਾ ਜਿਹਾ। ਹਾਂ ਜੀ ਮੈਂ ਆਉਣਾ, ਇਹ ਇੱਥੇ ਆ ਗਏ, ਮੈਂ ਉਹੀ ਉੱਤੇ ਆ ਰਿਹਾ, ਇਹ ਇੱਥੇ ਆਏ ਹੋਏ ਨੇ ਉਹ ਕੈਮਰਾਮੈਨ ਸਾਹਿਬ, ਇਹ ਅਰਦਾਸ 3 ਦੀ ਤਿਆਰੀ ਕਰ ਰਹੇ ਨੇ ਤੇ ਗੋਲੀਆਂ ਉੱਥੇ ਚੱਲੀਆਂ, ਭਾਜੀ ਕਿੰਨਿਆਂ ਦੂਜਿਆਂ ਐਕਟਰਾਂ ਨੂੰ ਸਿਕਿਉਰਿਟੀ ਮਿਲ ਗਈ ਆ ਬੜੀ, ਤੇ ਗਿੱਪੀ ਨੂੰ ਗੁੱਸਾ ਨਹੀਂ ਆਊਗਾ ਭਾਜੀ, ਉਹ ਮੇਰੇ ਤੋਂ ਬੜੇ ਲੱਗਦੇ ਆ ਜਦੋਂ ਆਉਂਦੇ ਐਂਟਰੀ ਕਰਦੇ ਆ, ਮੈਂ ਛੋਟਾ ਲੱਗਦਾ, ਸਾਡੀ ਲੈਨ ਮੈਂ ਵੀ ਇਦਾਂ ਦਾ ਹੀ ਹੋ ਸਕਦਾ, ਸੀਨਾ ਠੋਕ ਕੇ ਕਹਿੰਦਾ ਜੀ ਇਹ ਲੈਨ ਹੀ ਇਦਾਂ ਦੀ ਹੈ, ਇਸ ਚੀਜ਼ ਲਈ ਆਪਾਂ ਕਿਉਂ ਨਹੀਂ ਕਰ ਸਕਦੇ, ਕਰਾਂਗੇ ਜੀ। ਤੇ ਗਿੱਪੀ ਨੂੰ ਇਹ ਵੀ ਪੁੱਛ ਲਿਆ ਜਾਵੇ ਕਦੀ ਬਹਿ ਕੇ ਵੀ ਕੀ ਰੌਲਾ ਪਿਆ ਸੀ ਸਿੱਧੂ ਨਾਲ, ਸਿੱਧੂ ਬਹੁਤ ਬੜਾ ਹੋ ਗਿਆ
ਹੁਣ ਇੱਥੇ ਫਿਰ ਲੋਕਾਂ ਨੇ ਕਹਿਣਾ ਇਹ ਤਾਂ ਆਪਣਾ ਫੇਮ ਫੂਮ ਨਹੀਂ ਭਾਜੀ, ਅੱਖਾਂ ਸਿੱਧੂ ਦੀਆਂ ਦਿੱਤੀਆਂ ਹੋਈਆਂ ਭਾਜੀ, ਮੈਂ ਉਹਦੇ ਲਈ ਵਿਚਾਰ ਲਈ ਕੋਈ ਐ ਨਹੀਂ ਕਰਦਾ, ਉਹਨੂੰ ਹਰਾਉਣ ਵਾਲਾ ਕੌਣ ਹੈ ਉਹ ਵੀ ਕਦੀ ਬੋਲ ਦਾਂਗੇ। ਤੇ ਇਹਨਾਂ ਇਹ ਫਿਰ ਜਾ ਕੇ ਉਹਨੂੰ ਮਨਾ ਲਿਆ, ਉਹ ਪਾਰਟੀ 'ਚ ਆਇਆ, ਪਾਰਟੀ ਦੇਖ ਕੇ ਇੱਕ ਵੀਡੀਓ ਦੇਖ ਲਓ ਭਾਜੀ, ਖੁਸ਼ ਨਹੀਂ ਹੈਗਾ ਉਹ, ਕਿਉਂਕਿ ਉਹ ਬੰਦਾ ਬਹੁਤ ਹੀ ਘੈਂਟ ਸੀ। ਸਾਰੀ ਇੰਡਸਟਰੀ ਦੇ ਸਾਹਮਣੇ ਮੈਂ ਕਦੀ ਝੁਕਿਆ ਨਹੀਂ, ਉਹਦੇ ਜਾ ਕੇ ਮੈਂ ਗੋਡੀ ਪੈ ਗਿਆ ਵੀ ਤੂੰ ਹੀ ਆ, ਸੋਚਣ ਵਾਲੀ ਗੱਲ ਹੈ ਨਾ ਭਾਜੀ। ਇਹ ਚੀਜ਼ਾਂ ਕਿਉਂ ਨਹੀਂ ਹੋਣਗੀਆਂ? ਥੋੜੇ ਦਿਨ ਪਹਿਲਾਂ ਤੁਹਾਡੇ ਚੈਨਲ ਤੇ ਮੈਂ ਇੱਕ ਰਿਕਾਰਡਿੰਗ ਭੇਜੀ ਸੀਗੀ, ਭਾਈ ਜੈਸਮੀਨ ਸੈਂਟ ਲਗਾ ਕਹਿੰਦੀ ਹੈ ਭਾਜੀ, ਉਹ ਵੀ ਤਾਂ ਫੇਮ ਚਾਹੁੰਦੀ ਹੋਊਗੀ, ਇੰਡੀਆ ਆਈ ਆ, ਸਿਕਿਉਰਿਟੀ ਉਹਨਾਂ ਹੋਵੇ ਆਪਣੇ ਉਹਨੂੰ ਬੁਆਏਫ੍ਰੈਂਡ ਨੂੰ ਦਿਖਾਉਣਾ ਮੈਂ ਤੇਰੇ ਤੋਂ ਬੜੀ। ਭਾਜੀ ਸਾਡੀ ਲੈਨ 'ਚ ਹੈਗਾ 100% ਹੈਗਾ, ਸਬੂਤ ਦੇ ਦਾਂਗੇ ਤੁਹਾਨੂੰ ਕਦੀ। ਇਹ ਤੁਹਾਨੂੰ ਨਹੀਂ ਲੱਗਦਾ ਫੁਕਰਿਆਂ ਦੀ ਲੈਨ ਹੈ? ਸਾਰੀ ਦੁਨੀਆ ਨੂੰ ਲੱਗਦਾ ਜੀ। ਫਿਰ ਆਪਾਂ ਪਹਿਲਾਂ ਵੋਟਾਂ 'ਚ ਇਹ ਆਉਣਗੇ, ਇਹੀ ਆਉਣਗੇ। ਬਿਲਕੁਲ, ਤੇ ਭਾਜੀ ਦੂਜੇ ਜਿਹੜੀ ਪਾਸੇ ਤੁਸੀਂ ਦੂਜੀ ਫਿਲਮ ਦੀ ਮੈਂ ਗੱਲ ਕਰਦਾ, ਜੀ, ਸੈਮ ਬਹਾਦਰ, ਦੋ ਦੋ ਫਿਲਮਾਂ ਦੀ ਆਪਾਂ ਗੱਲ ਕਰ ਰਹੇ, ਬਹੁਤ ਕਮੈਂਟ ਗਲਤ ਆ ਰਹੇ। ਸੈਮ ਬਹਾਦਰ ਪੰਜਾਬ ਦਾ ਉਹ ਬੰਦਾ ਭਾਜੀ ਜਿਹੜਾ ਪ੍ਰਧਾਨ ਮੰਤਰੀ ਨੂੰ ਕਹਿੰਦਾ ਸਵੀਟੀ ਐਸੇ ਨਹੀਂ ਐਸੇ ਹੋਗਾ ਜੁਰਤ, ਉਹਦੇ ਵਿੱਚ ਇੱਕ ਸੀਨ ਹੈ ਜੀ, ਉਹ ਬੰਦੇ ਦੀ ਮੈਂ ਹਿਸਟਰੀ ਪੜ੍ਹੀ ਜਦੋਂ, ਵਾਕਈ ਵਾਹ ਕਮਾਲ, ਅੰਮ੍ਰਿਤਸਰ 'ਚ ਜੰਮਿਆ, ਉਹਨੂੰ ਭਾਊ ਕਹਿੰਦੇ ਆ। ਇੱਕ ਨਾ ਚੈਨਲਾਂ ਤੇ ਬਹਿ ਕੇ ਆਪਣੇ ਇਹਦਾ ਨਾਂ ਲੈ ਕੇ ਸਿੱਧੂ ਦਾ ਕਹਿੰਦਾ ਅਸੀਂ ਅੰਮ੍ਰਿਤਸਰ ਦੇ ਭਾਊ ਨੇ, ਉਹ ਭਾਊ ਨਹੀਂ ਹੈਗੇ, ਉਹ ਗੱਲਾਂ ਮਾਰਨ ਵਾਲੇ, ਕਿਹਨੂੰ ਇਸ਼ਾਰਾ, ਸਮਝ ਜਾਣਗੇ ਲੋਕ। ਉਹਨੂੰ ਮੈਂ ਫੋਨ ਕੀਤਾ, ਦਾੜੀ ਜਿਹਾ ਕੱਟ ਜਿਹਾ ਪਾ ਕੇ ਰੱਖਦਾ, ਕੁਛ ਨਹੀਂ ਹੈ ਪੱਲੇ, ਇਹ ਭਾਊ ਸੀ ਜੀ ਸੈਮ ਬਹਾਦਰ, ਜਿਹੜਾ ਪ੍ਰਧਾਨ ਮੰਤਰੀ ਨੂੰ ਕਹਿੰਦਾ ਬਾਹਰ ਰਹਿ ਤੇ ਕੋਈ ਪਰਮਿਸ਼ਨ ਨਹੀਂ ਹੈ। ਅੱਛਾ, ਭਾਜੀ ਫਿਲਮ ਦੇਖਣੀ ਤਾਂ ਆਹ ਦੇਖੋ, ਸੈਮ ਬਹਾਦਰ, ਔਰ ਕਿਆ ਐਕਟਿੰਗ ਹੈ ਜੀ ਉਹ ਮੁੰਡੇ ਨੇ ਕੀਤੀ ਉਹ 'ਚ, ਉਹ ਵੀ ਪੰਜਾਬੀ ਆਪਣਾ ਭਰਾ ਹੈ ਨਾ ਵਿੱਕੀ ਕੌਸ਼ਲ, ਉਹਦੇ ਵਿੱਚ ਡਾਇਰੈਕਸ਼ਨ ਤੋਂ ਗਲਤੀਆਂ ਕੁਛ ਹੈਗੀਆਂ ਆ। ਤੇ ਮੈਂ ਉਹਦੇ ਵਿੱਚ ਇਹ ਸੋਚਦਾ ਵੀ ਜਿਹੜੇ ਗੁਲਜ਼ਾਰ ਸਾਹਿਬ ਹੈ ਉਹਨਾਂ ਦੀ ਬੇਟੀ ਨੇ ਡਾਇਰੈਕਟ ਕੀਤੀ ਆ, ਉਹਨਾਂ ਨੂੰ ਸੈੱਟ ਤੇ ਜਾਣਾ ਚਾਹੀਦਾ ਸੀ, ਗੁਲਜ਼ਾਰ ਸਾਹਿਬ ਨੂੰ, ਉਹ ਸਮਝਦੇ, ਕਿਉਂਕਿ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਭਾਜੀ। ਪੰਜਾਬੀਆਂ ਨੂੰ ਡਾਊਨ ਕੀਤਾ ਜਾ ਰਿਹਾ ਕਿਸੇ ਗੱਲ, ਹੁਣ ਮੇਰੇ ਬੰਦੇ ਲੜੀ ਜਾਂਦੇ, ਉਹ ਤੂੰ ਇਹ ਨਹੀਂ ਦੱਸਦਾ ਪਰਿਵਾਰ ਕਿੱਦਾਂ ਦੇ ਦਿਖਾਏ ਉਹਨਾਂ ਨੇ, ਭਾਜੀ ਪਰਿਵਾਰ ਉਹਦਾ ਸੈਮ ਬਹਾਦਰ ਦਾ ਵੀ ਤਾਂ ਦਿਖਾਇਆ ਨਾ। ਇਹਦੇ ਵਿੱਚ ਐਨੀਮਲ ਦੇ ਵਿੱਚ ਅਰਜਨ ਬੈਲੀ ਨੇ ਪੁਰਾਣਾ ਗਾਣਾ ਚੱਕ ਕੇ ਸਿੰਗਰ ਦਾ ਪਾਤਾ, ਉੱਥੇ ਖਰਚਾ ਮੇਰਾ ਕੀਤਾ ਜਾਵੇ, ਉਹ ਸਿੰਗਰ ਗਾ ਨਹੀਂ ਸਕਦਾ ਅੱਜ ਇਦਾਂ ਦੇ ਗਾਣੇ। ਤੁਸੀਂ ਆਪ ਸੋਚ ਕੇ ਦੇਖੋ, ਕੋਈ ਇਹਦਾ ਡਾਇਲੋਗ ਨਹੀਂ ਹੈ, ਜਿਹੜਾ ਐਕਟਰ ਹੈ ਇਹਦੇ ਵਿੱਚ ਬੋਬੀ ਦਿਓਰ, ਐਂਟਰੀ ਇੰਨੀ ਖਤਰਨਾਕ ਦਿਖਾਈ, ਉਹ ਤੋਂ ਹਾਈਲਾਈਟ ਕਰਤਾ, ਕੋਈ ਨਹੀਂ ਕਦੇ ਜ਼ਿੰਦਗੀ ਰਹੀ ਤਾਂ ਇਹ ਵੀ ਦੱਸ ਦਾਂਗੇ ਦੀਪ ਨੂੰ, ਸਿੱਧੂ ਨੂੰ, ਦੀਪ ਸਿੱਧੂ ਨੂੰ ਕਿਹਨੇ ਕਿਹਨੇ ਐਕਟਰਾਂ ਨੇ ਭੇਜਿਆ ਸੀ, ਜਾ ਲੜ, ਆਪਾਂ ਸਟੈਂਡ ਕਰਨਾ ਚਾਹੁੰਦੇ ਆਪਣੇ ਦੇਸ਼ ਨੂੰ। ਜਦੋਂ ਪੰਜਾਬੀਆਂ ਨੇ ਸਾਥ ਨਹੀਂ ਦਿੱਤਾ ਤਾਂ ਉਹ ਐਕਟਰਾਂ ਨੇ ਹੱਥ ਖਿਸਕਾ ਲਏ, ਪਤਾ ਕੀ ਕਿਹਾ ਸੀ, ਕਹਿੰਦਾ ਸਾਲਿਆ ਤਾਂ ਤੈਨੂੰ ਗੱਦਾਰ ਕਹਿੰਦੇ, ਸਾਨੂੰ ਆਪਣੇ ਕਹਿਣਗੇ, ਅਸੀਂ ਤਾਂ ਬਿਹਾਰ ਤੋਂ। ਤੇ ਬਹੁਤ ਵੱਡੀ ਗੱਲ ਬੋਲਤੀ ਮੈਂ ਤੁਹਾਨੂੰ, ਬਹੁਤ ਗੱਲਾਂ ਨੇ ਭਾਜੀ, ਮੈਂ ਕਦੀ ਨਹੀਂ ਬੋਲਿਆ ਦੀਪ ਸਿੱਧੂ ਤੇ ਮੂਸੇ ਵਾਲੇ ਸਿੱਧੂ ਲਈ, ਮੈਂ ਰੋਨਾ ਆ, ਬਾਕੀ ਕਿਸੇ ਲਈ ਨਹੀਂ, ਕੋਈ ਉਹ ਗੱਲਾਂ ਨਹੀਂ ਹੈਗੀਆਂ ਇਹਨਾਂ ਦੀਆਂ, ਜਿੱਦਾਂ ਹੁਣ ਫੇਮ ਲੈਣ ਨੂੰ ਫਲਾਣਾ ਛੱਤੀ ਫਿਰਦੇ ਹੋਣਗੇ ਭਾਜੀ, ਮੇਰਾ ਐ ਮੈਨੂੰ ਨੈਟ ਤੇ ਬੋਲਦੇ ਆ ਲੋਕ, ਕੋਈ ਚੱਕਰ ਨਹੀਂ ਭਾਜੀ, ਮੈਨੂੰ ਕੋਈ ਚੱਕਰ ਨਹੀਂ, ਕਹਿੰਦੇ ਦੀਵਾ ਬੁਝਣ ਲੱਗਿਆ ਬੜਾ ਫੜਫੜਾਉਂਦਾ ਹੁੰਦਾ, ਉਹ ਫੜਫੜਾ ਰਿਹਾ, ਮੈਂ ਮਰਨ ਵਾਲਾ ਆ, ਠੀਕ ਨਹੀਂ ਰਹਿੰਦਾ, ਚਲੋ ਕੋਈ ਚੱਕਰ ਨਹੀਂ, ਪਰ ਮੈਂ ਜਾਂਦਿਆਂ ਜਾਂਦਿਆਂ ਇਹਨਾਂ ਦੀਆਂ ਪੜਦੇ ਕਿੱਦਾਂ ਕਿੰਨੀਆਂ ਗੱਲਾਂ ਕਰਦੇ ਹੋ ਭਾਰੀ, ਪੜ੍ਹਦੇ ਆ ਕਿਤਾਬਾਂ, ਜਦੋਂ ਪੜ੍ਹਨਾ ਸੀ ਨਹੀਂ ਪੜ੍ਹੇ, ਸ਼ਾਇਦ ਰੱਬ ਨੇ ਪਤਾ ਨਹੀਂ ਕੀ ਸੋਚਿਆ, ਔਰ ਜ਼ਿੰਦਗੀ ਰਾਜਿਆਂ ਵਰਗੀ ਕੱਟੀ ਹੈ ਜੀ, ਕਿੰਨੇ ਸਟਾਰਾਂ ਨੇ ਜਿਹਨੇ ਸ਼ਰਾਬੀ ਕਹਿ ਕੇ ਮੈਨੂੰ ਉਹ ਕੀਤਾ ਨਾ ਬਦਨਾਮ, ਤੇ ਉਹ ਸਾਰੇ ਸਟਾਰ ਮੇਰੇ ਘਰ ਪੀਂਦੇ ਰਹੇ, ਮੈਂ ਕਿਸ ਤੋਂ ਪੀਤੀ ਨਹੀਂ, ਪਿਲਾਈ ਹੈ ਇਹਨਾਂ ਨੂੰ, ਸਿਰਫ ਦੋ ਬੰਦੇ ਆ, ਇੱਕ ਹਰਭਜਨ ਅੰਮ੍ਰਿਤਸਰ ਦਾ ਤੇ ਇੱਕ ਬੰਦਾ ਕੋਈ ਮੁੰਡਾ ਹੋਰ ਹੈ, ਉਹਨੇ ਪਿਲਾਈ ਉਹਨੂੰ, ਤੁਸੀਂ ਜਾਣਦੇ ਜੀ, ਅਦਰਵਾਈਜ਼ ਮੈਂ ਕਦੀ ਕਿਸ ਤੋਂ ਪੀਤੀ ਨਹੀਂ। ਸੋ ਆਸ ਕਰਦੇ ਹਾਂ ਤੁਸੀਂ ਇਸੇ ਤਰੀਕੇ ਨਾਲ ਹੀ ਲੋਕਾਂ ਦੀ, ਸਮਾਜ ਦੀ ਸੇਵਾ ਕਰਦੇ ਰਹੋ, ਸੱਚ ਬੋਲਦੇ ਰਹੋ, ਪ੍ਰਮਾਤਮਾ ਤੁਹਾਨੂੰ ਹਿੰਮਤ ਦੇਵੇ ਸੱਚ ਬੋਲਣ ਦੀ, ਕਿਉਂਕਿ ਸੱਚ ਬੋਲਣਾ ਹੀ
ਬਹੁਤ ਔਖਾ ਕੰਮ ਹੈ। ਕਹਿਣ ਨੂੰ ਬਾਬੇ ਨਾਨਕ ਦੀ ਬਾਣੀ ਪੜ੍ਹਨੀ ਬਹੁਤ ਸੌਖੀ ਹੈ, ਪਰ ਜਦੋਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਲਿਖੀ ਗਈ, ਉਦੋਂ ਉਹਨਾਂ ਦੇ ਸਿਰ ਲੱਥੇ, ਤੱਤੀਆਂ ਤਵੀਆਂ ਤੇ ਬੈਠਣਾ ਪਿਆ, ਕਿੰਨਾ ਕੁਛ ਖੂਨ ਡੁੱਲਿਆ ਉਹਨਾਂ ਦਾ। ਸੋ ਇਹ ਗੱਲਾਂ ਕਹਿਣ ਦੀਆਂ ਕਰਨ ਦੀਆਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਕੋਈ ਬੰਦਾ ਕਹਿ ਕੇ, ਜਿਵੇਂ ਇਹਨਾਂ ਬਾਬਾ ਜੀ ਨੇ ਵੀ ਕਿਹਾ ਵੀ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹ ਗੱਲਾਂ ਚੰਗੀਆਂ ਕਰ ਲੈਂਦੇ ਆ, ਤੇ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਹੀਰੋ ਬਣ ਜਾਂਦਾ। ਜਿਹੜਾ ਬੰਦਾ ਚੰਗਾ ਹੁੰਦਾ ਵੈਸੇ ਰੁੱਖਾ ਜਿਹਾ ਹੁੰਦਾ, ਉਹਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਦੀ ਚੜ੍ਹਤ ਦੇ ਨਾਲ, ਕਿਸੇ ਦੀ ਚੜ੍ਹਾਈ ਦੇ ਨਾਲ, ਕਿਸੇ ਦੇ ਕੱਪੜਿਆਂ ਨਾਲ, ਉਹਨੇ ਹਮੇਸ਼ਾ ਸੱਚ ਹੀ ਕਹਿਣਾ ਹੁੰਦਾ ਆ, ਤੇ ਸੱਚ ਸਿਆਣੇ ਕਹਿੰਦੇ ਆ ਵੀ ਕੌੜਾ ਲੱਗਦਾ ਆ। ਸੋ ਅਸੀਂ ਹੁਣ ਸਿਆਣੇ ਬਣੀਏ, ਚੰਗੇ ਬਣੀਏ, ਦੁਨੀਆ ਬਹੁਤ ਬਦਲ ਚੁੱਕੀ ਹੈ, ਬਦਲ ਵੀ ਰਹੀ ਆ, ਤੇ ਇਸ ਕਰਕੇ ਸੱਚ ਨੂੰ ਆਪਾਂ ਕਿੰਨਾ ਕੁ ਚਿਰ ਕੌੜਾ ਕੌੜਾ ਕਰਕੇ ਭੰਡਦੇ ਰਵਾਂਗੇ। ਜਿੱਥੇ ਕੋਈ ਭੁਲੇਖਾ ਜਾਂ ਕਮੀ ਲੱਗਦੀ ਹੈ, ਅਸੀਂ ਇੱਕ ਦੂਸਰੇ ਨਾਲ ਡਿਸਕਸ ਕਰ ਸਕਦੇ ਹਾਂ ਕਿ ਭਰਾਵਾ ਇਹਦੇ ਬਾਰੇ ਸਾਨੂੰ ਦੱਸ, ਅਸੀਂ ਪੁੱਛ ਸਕਦੇ ਹਾਂ। ਔਰ ਚੰਗਾ ਬੰਦਾ ਹਮੇਸ਼ਾ ਕਹਿੰਦਾ ਕਿ ਨਹੀਂ, ਜੇ ਮੇਰੇ ਤੋਂ ਆ ਗਲਤ ਬੋਲਿਆ ਗਿਆ ਤਾਂ ਮੈਂ ਮਾਫੀ ਮੰਗਣ ਲਈ ਤਿਆਰ ਹਾਂ। ਜਿਹੜੇ ਬੇਈਮਾਨ ਹੁੰਦੇ ਨੇ, ਜਿਨ੍ਹਾਂ ਨੇ ਸੱਚ ਝੂਠ ਨੂੰ ਸੱਚ ਬਣਾ ਕੇ ਪ੍ਰੋਡਿਊਸ ਕੀਤਾ ਹੁੰਦਾ ਆ, ਉਹਨਾਂ ਵਾਸਤੇ ਫਿਰ ਕਚਹਿਰੀਆਂ ਬਣੀਆਂ ਹੋਈਆਂ ਨੇ, ਫਿਰ ਉੱਥੇ ਲੰਬੀ ਲੜਾਈ ਉਹ ਚੱਲਦੇ ਆ, ਤਾਂ ਕਿ ਜਿਹੜਾ ਸੱਚ ਝੂਠ ਆ ਜਿਹਨੂੰ ਅਸੀਂ ਸੱਚ ਬਣਾਤਾ ਆ, ਉਹ 20-20 25-25 ਸਾਲ ਅਸੀਂ ਜਿਉਂਦੇ ਰੱਖੀਏ ਝੂਠ ਨੂੰ, ਤੇ ਜਿਹੜਾ ਗਰੀਬ ਬੰਦਾ ਆ ਉਹ ਮਰਦਾ ਰਹੇ ਕਚਹਿਰੀਆਂ ਵਿੱਚ। ਤੋਂ ਇਹ ਸਾਡਾ ਸਿਸਟਮ ਇਸ ਤਰੀਕੇ ਦਾ ਬਣ ਚੁੱਕਿਆ ਆ। ਸੋ ਮਿਹਰਬਾਨੀ ਬਾਬਾ ਜੀ ਦੀ, ਬਾਬਾ ਜੀ ਧੰਨਵਾਦ ਤੁਹਾਡਾ, ਲੋਕਾਂ ਦਾ ਵੀ ਧੰਨਵਾਦ ਜਿਹੜੇ ਸੁਣਦੇ ਨੇ, ਗਲਤ ਕਮੈਂਟ ਕਰਨ ਵਾਲਿਆਂ ਨੇ ਕਰੀ ਜਾਣੇ ਆ, ਲੋਕਾਂ ਦਾ ਧੰਨਵਾਦ ਪਹਿਲਾਂ ਜਿਨ੍ਹਾਂ ਨੇ ਜਿਹੜੇ ਚੰਗੇ ਕਮੈਂਟ ਲੋਕ ਗਲਤ ਕਰਨੇ ਆ ਉਹਨਾਂ ਦੀ ਡਿਊਟੀ ਲੱਗੀ ਆ, ਕਿਉਂਕਿ ਇੱਕ ਹੰਸ ਨੇ ਨਹੀਂ ਮੋਤੀ ਉਹ ਖਾਣੇ ਆ। ਫੇਕ ਉਹ ਫੇਕ ਆਈਡੀਆਂ ਭਾਜੀ ਇਹਨਾਂ ਨੇ ਬਣਾਈਆਂ ਹੋਈਆਂ, ਮੈਂ ਤੁਹਾਨੂੰ ਵਿੱਚ ਗੱਲ ਦੱਸ ਚੁੱਕਾ, ਜੀ, ਨਾਗਰਾ ਸਾਹਿਬ ਨਾਲੇ ਦੀ ਗੱਲ ਕਦੀ ਫੇਰ ਕਰਾਂਗੇ। ਦੋ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਇੱਕ ਹੰਸ ਹੁੰਦਾ, ਇੱਕ ਬਗਲਾ ਹੁੰਦਾ, ਇੱਕ ਨੇ ਮੋਤੀ ਖਾਣੇ, ਇੱਕ ਨੇ ਮੱਛੀਆਂ ਖਾਣੀਆਂ, ਕੀੜੇ ਮਕੌੜੇ ਖਾਣੇ, ਉਹਦੇ ਵਿੱਚ ਫਰਕ ਆ। ਸੋ ਜਿੰਨੇ ਕੋਈ ਮੋਤੀ ਚੁਗਣੇ ਮੋਤੀ ਚੁਗ ਲੈ, ਜਿੰਨੇ ਕੀੜੇ ਮਕੌੜੇ ਖਾਣੇ ਉਹਨੇ ਕੀੜੇ ਮਕੌੜੇ ਖਾ ਲੈ। ਹਰ ਇੱਕ ਦੀ ਖੁਰਾਕ ਪ੍ਰਮਾਤਮਾ ਨੇ ਬਣਾਈ ਹੋਈ ਆ। ਭੁੱਲ ਚੁੱਕ ਦੀ ਮਾਫੀ, ਧੰਨਵਾਦ।